ਜਿੰਦਰ ਦੁਆਰਾ ਸੰਪਾਦਿਤ ਪੁਸਤਕ ਪੰਜਾਬੀ ਦੀਆਂ ਕਲਾਸਿਕ ਕਹਾਣੀਆਂ ਦੀ ਪਹਿਲੀ ਕਹਾਣੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਹੈ ਭਾਬੀ ਮੈਨਾ ਸ਼ਹਿਰ ਦੀ ਇੱਕ ਗਲੀ ਦੇ ਦੋ ਆਮੋ ਸਾਹਮਣੇ ਘਰਾਂ ਵਿੱਚ ਕਰਮਸਾਂ ਤਿੰਨ ਸਾਢੇ ਤਿੰਨ ਗੱਜ ਦੀ ਵਿੱਤ ਸੀ ਦੋ ਬਾਰੀਆਂ ਵੀ ਪਹਿਲੀ ਛੱਤ ਉੱਤੇ ਆਮੋ ਸਾਹਮਣੇ ਹੀ ਖੁੱਲ੍ਹਦੀਆਂ ਸਨ ਇੱਕ ਵਿੱਚੋਂ ਸਾਹਮਣੇ ਕੰਧ ਨਾਲ ਵੱਡਾ ਸ਼ੀਸ਼ਾ ਲਟਕਿਆ ਦਿਸਦਾ ਸੀ ਹੋਰ ਚੀਜ਼ਾਂ ਇਸ ਕਮਰੇ 'ਚ ਥੋੜੀਆਂ ਹੀ ਸਨ ਇੱਕ ਮੰਜੀ ਇੱਕ ਪੀੜੀ ਇੱਕ ਆਲੇ ਵਿੱਚ ਦੋ ਚਾਰ ਕਿਤਾਬਾਂ ਕੰਘੀ ਤੇਲ ਕੰਦ ਉੱਤੇ ਇੱਕ ਦੋ ਤਸਵੀਰਾਂ ਟੋਕਰੀ ਚ ਦੋ ਚਾਰ ਕੱਪੜੇ ਇੱਕ ਛੋਟਾ ਜਿਨਾ ਕਮਰਾ ਸੀ ਤੇ ਇਸ ਤਸਵਾਈ ਕੋ ਇਸਤਰੀ ਦੇ ਕੋਈ ਹੋਰ ਸੂਰਤ ਘਾਟ ਹੀ ਕਦੀ ਵੇਖੀ ਗਈ ਸੀ ਇਹ ਕਦੇ ਕਸੀਦਾ ਕੱਢਦੀ ਕਦੇ ਕਿਤਾਬ ਪੜ੍ਹਦੀ ਕਦੇ ਹੁੰਦੀ ਪਾਈ ਬੈਠੀ ਹੁੰਦੀ ਕਦੇ ਸ਼ੀਸ਼ੇ ਸਾਹਮਣੇ ਖਲੋ ਕੇ ਵਾਲਾਂ ਨੂੰ ਕਿੰਨਾ-ਕਿੰਨਾ ਚਿਰ ਕੰਘੀ ਕਰਦੀ ਰਹਿੰਦੀ ਕੰਘੀ ਇਹ ਕਰਦੀ ਵੀ ਕਈ ਵਾਰੀ ਸੀ ਘਰਦਿਆਂ ਦਾ ਖਿਆਲ ਸੀ ਕਿ ਇਹਨੂੰ ਕੰਘੀ ਦਾ ਝੱਲ ਇਹਦੇ ਵਾਲ ਲੰਮੇ ਵੀ ਬੜੇ ਸਨ ਜਦੋਂ ਇੱਕ ਇਹ ਉੜਕ ਕੇ ਉਹਨਾਂ ਦੀ ਲੰਬਾਈ ਵੇਖਤੀ ਤਾਂ ਗਿੱਟੇ ਛੂ ਘੱਟਦੇ ਸਨ ਜੇ ਕਿਸੇ ਨੇ ਚਾਨਣੀ ਵੇਖੀ ਹੁੰਦੀ ਤਾਂ ਉਹਨਾਂ ਦੀ ਲਿਸ਼ਕ ਦਾ ਵੀ ਉਹਨੂੰ ਜ਼ਰੂਰ ਪਤਾ ਹੁੰਦਾ ਇਹ ਸਵਿਚ ਵੀ ਕੋਈ ਸ਼ੱਕ ਨਹੀਂ ਕਿ ਉਹਨੂੰ ਆਪਣੇ ਵਾਲਾਂ ਦਾ ਬੜਾ ਮਾਣ ਸੀ ਇਹ ਜਵਾਨ ਸੀ ਸੁਨਖਸ਼ ਤੇ ਲੰਮੀ ਇਹਦੀਆਂ ਅੱਖਾਂ ਦਾ ਰੰਗ ਸਾਹਮਣੀ ਬਾਰੀ ਚੋਂ ਨਹੀਂ ਸੀ ਦਿਖ ਸਕਦਾ ਪਰ ਦਿਖ ਬੜੀ ਮਿੱਠੀ ਤੇ ਉਦਾਸ ਸੀ ਇਹ ਬਹੁਤ ਚਿਰ ਆਪਣੀ ਬਾਰੀ ਦੀ ਰੌਂਸ ਤੇ ਬੈਠੀ ਹੰਝੂ ਖੇੜਦੀ ਰਹਿੰਦੀ ਸੀ ਕਦੇ ਬਾਰੀ ਚ ਸਿਰ ਲਮਕਾ ਕੇ ਬਾਹਰ ਵੇਖਦੀ ਨੂੰ ਕਿਸੇ ਨੇ ਸੀ ਤੱਕਿਆ ਪਰ ਗਲੀ ਵਾਲਿਆਂ ਨੂੰ ਇਹਦੀ ਬੈਠਕ ਦਾ ਅਹਿਸਾਸ ਜ਼ਰੂਰ ਹੁੰਦਾ ਸੀ ਕਦੀ ਕੋਈ ਲੰਗਦੀ ਜਾਂਦੀ ਆਵਾਜ਼ ਵੀ ਮਾਰ ਲੈਂਦੀ ਸੀ ਤੇ ਬੜੇ ਮਿੱਠੇ ਅੰਦਾਜ਼ ਤੇ ਜ਼ਰਾ ਕੋ ਲੜਕੇ ਨੂੰ ਆਬ ਦੇ ਦਿੰਦੀ ਸੀ ਤੇ ਜਦੋਂ ਇਹ ਕਮਰੇ 'ਚ ਨਾ ਹੋਵੇ ਤਾਂ ਬਾਰੀ ਬੰਦ ਹੋ ਜਾਂਦੀ ਸੀ ਪਰ ਸਿਆਲ ਵਿੱਚ ਲੋਟੇ ਕੋ ਵੇਲੇ ਤੇ ਗਰਮੀਆਂ ਦੇ ਦਿਨਾਂ 'ਚ 12 ਵਜੇ ਇਹ ਬਾਰੀ ਜ਼ਰੂਰ ਖੁੱਲਦੀ ਸੀ ਤੇ ਇਸ ਬਾਰੀ 'ਚ ਜ਼ਰਾ ਕੋ ਪਾਸਾ ਪਰਤ ਕੇ ਉਹ ਬੈਠੀ ਹੁੰਦੀ ਸੀ ਤੇ ਕਦੇ-ਕਦੇ ਗਲੀ ਵੱਲ ਝਾਕ ਲਿਆ ਕਰਦੀ ਸੀ ਉਵੇਂ ਇੱਕ ਬੱਚਾ ਜਾਂ ਲੜਕਾ ਬਸਤਾ ਫੜੀ ਗਲੀ ਦਾ ਮੋੜ ਮੋੜਦਾ ਦਿਸ ਪੈਂਦਾ ਇਹ ਕੰਮ ਛੱਡ ਕੇ ਬਾਰੀ ਦੇ ਜੰਗਲੇ ਦੀਆਂ ਗੁੱਡੀਆਂ ਵਿੱਚੋਂ ਉਧਰ ਤੱਕਦੀ ਰਹਿੰਦੀ ਉਹ ਲੜਕਾ ਵੀ ਕਦੇ-ਕਦੇ ਉਧਾਂ ਤੱਕਦਾ ਤੇ ਫੇਰ ਆਪਣੇ ਘਰ ਵੜ ਜਾਂਦਾ। ਉਹਦੇ ਪੌੜੀਆਂ ਚੜਨ ਦੀ ਟੁੱਪ-ਟੁੱਪ ਇਸਤਰੀ ਦੇ ਕੰਨਾਂ 'ਚ ਹੁੰਦੀ। ਉਹ ਕਦੇ ਉਸ ਘਰ ਨਹੀਂ ਸੀ ਗਈ ਪਰ ਉਹਨੂੰ ਉਹਨਾਂ ਦੀ ਪੌੜੀ ਦੇ ਅੱਡਿਆਂ ਦੀ ਗਿਣਤੀ ਯਾਦ ਸੀ। ਹਰ ਅੱਡੇ ਉੱਤੇ ਪੈਂਦੇ ਪੈਰਾਂ ਨੂੰ ਉਹਨਾਂ ਦੀ ਆਵਾਜ਼ ਦੇ ਨਾਲ ਉਹਨੇ ਕਈ ਵਾਰ ਆਪਣੀ ਛਾਤੀ ਨਾਲ ਘੁੱਟਿਆ ਸੀ। ਦੂਜੇ ਘਰ ਕੋਈ ਬੂਹਾ ਖੁੱਲਦਾ ਉਹ ਤੱਕੇ ਬਿਨਾਂ ਹੀ ਮਹਿਸੂਸ ਕਰਦੀ ਕਿ ਸਾਹਮਣੀ ਬੈਠਕ 'ਚ ਕੋਈ ਵੜਿਆ ਹੈ। ਬਸਤਾਈ ਦੇ ਪਾਸੇ ਤਾਂ ਉਹ ਲੜਕਾ ਕੁਝ ਥਿਰ ਆਪਣੀ ਬਾਰੀ ਖੋਲ ਕੇ ਸਾਹਮਣੀ ਬਾਰ ਸਾਹਮਣੀ ਬਾਰੀ ਵੱਲ ਵੇਖਦਾ। ਇਸਤਰੀ ਉੱਧਰ ਨਹੀਂ ਸੀ ਤੱਕਦੀ ਪਰ ਉਹਨੂੰ ਪਤਾ ਹੁੰਦਾ ਸੀ ਕਿ ਉਹਦੇ ਇੱਕ ਪਾਸੇ ਉਹ ਅੱਖਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਰਾਹ ਉਹ ਰੋਜ਼ ਤੱਕਦੀ ਰਹਿੰਦੀ ਸੀ। ਤੇ ਜੇ ਕਿਸੇ ਦਿਨ ਉਹਨੂੰ ਸਕੂਲੋਂ ਆਉਂਦਿਆਂ ਦੇਰ ਹੋ ਜਾਏ ਤਾਂ ਉਹਦੇ ਮੁੰਡਿਆਂ ਕੋਲੋਂ ਪੁੱਛਣਾ ਚਾਹੁੰਦੀ ਸੀ, "ਕਾਕਾ ਕਿਉਂ ਨਹੀਂ ਆਇਆ?" ਪਰ ਪੁੱਛਿਆ ਉਸ ਕਦੀ ਨਹੀਂ ਸੀ। ਕਾਕਾ ਬੈਠਕ ਦਾ ਬੂਹਾ ਢੀੜ ਕੇ ਕੋਠੇ ਤੇ ਚੜ ਜਾਂਦਾ ਸੀ। ਕਿੰਨਾ ਹੀ ਚਿਹਰੇ ਇਸ ਤਰ੍ਹਾਂ ਲੰਘਿਆ। ਕਾਕਾ ਹੁਣ 13 ਸਾਲਾਂ ਦਾ ਹੋਣ ਲੱਗਾ। ਉਹਦੀ ਦਿਲਚਸਪੀ ਸਾਹਮਣੀ ਬਾਰੀ ਚ ਉਹਨੂੰ ਕੁਝ ਵਧੇਰੇ ਸੁਆਦਲੀ ਮਹਿਸੂਸ ਹੋਣ ਲੱਗ ਪਈ। ਇੱਕ ਦਿਨ ਉਸ ਆਪਣੀ ਮਾਂ ਕੋਲੋਂ ਪੁੱਛਿਆ ਸਾਡੇ ਘਰ ਸਾਰੇ ਆਉਂਦੇ ਨੇ ਪਰ ਸਾਹਮਣੀ ਘਰੋਂ ਕਦੀ ਕੋਈ ਕਿਉਂ ਨਹੀਂ ਆਇਆ? ਕਾਕਾ ਇਹ ਇਕੱਲਾ ਪਾਂਬੜਿਆਂ ਦਾ ਘਰ ਸਾਡੀ ਗਲੀ ਚ ਐ। ਇਹ ਲੋਕ ਮਾਸ ਤੋਂ ਬੜਾ ਪਰਹੇਜ਼ ਕਰਦੇ ਨੇ। ਇਸ ਲਈ ਸਿੱਖਾਂ ਨਾਲ ਕੋਈ ਵਰਤੋਂ ਵਿਹਾਰ ਨਹੀਂ ਰੱਖਦੇ। ਪਰ ਮਾਂ ਅਸੀਂ ਤੇ ਮਾਸ ਨਹੀਂ ਖਾਂਦੇ। ਇਹ ਸਮਝਦੇ ਨੇ ਸਾਰੇ ਸਿੱਖ ਮਾਸ ਖਾਂਦੇ ਨੇ। ਤੇ ਕੀ ਇਹ ਘਰੋਂ ਬਾਹਰ ਵੀ ਨਹੀਂ ਨਿਕਲਦੇ ਨਿਕਲਦੇ ਨਹੀਂ ਪਰ ਹੈ ਇਹ ਦੁਖੀ ਜਿਆਕਰ ਮੌਤ ਨੇ ਇਸ ਘਰ ਬੜਾ ਉਜਾੜਾ ਪਾਇਆ ਇੱਕੋ ਇੱਕ ਪੁੱਤਰ ਰਹਿ ਗਿਆ ਸੀ ਉਹਨੂੰ ਵਿਆਹਿਆ ਪਰ ਦੋ ਵਾਰੀ ਉਹ ਵੀ ਮਰ ਗਿਆ ਮੋਈ ਪਿੱਛੇ ਇੱਕ ਬਾਲ ਹੋਇਆ ਉਹ ਵੀ ਵਰਾ ਜਿਉਂਦਾ ਨਾ ਰਿਹਾ ਹੁਣ ਤਿੰਨੇ ਰੰਡੀਆਂ ਰੋਣ ਧੋਣ ਨੂੰ ਰਹਿ ਗਈਆਂ ਨੇ ਉਹ ਬਾਲਕੀ ਦਾ ਸੀ ਮੈਨਾ ਦਾ ਜਿਹਨੂੰ ਤੂੰ ਕਈ ਵਾਰੀ ਬਾਰੀ ਚ ਬੈਠਿਆਂ ਵੇਖਿਆ ਹੋਵੇਗਾ ਉਹ ਮਾਂ ਹਰ ਵੇਲੇ ਬਾਰੀ ਚ ਕਿਉਂ ਬੈਠੀ ਰਹਿੰਦੀ ਉਹ ਲੋਕ ਜਵਾਨ ਰੰਡੀਆਂ ਨੂੰ ਆਂ ਦੀ ਬੜੀ ਰਾਖੀ ਕਰਦੇ ਨੇ ਤੇ ਕੰਮ ਵੀ ਘਰ ਚ ਬਹੁਤਾ ਹੋਇਆ ਕੋਈ ਨਾ ਰਾਖੀ ਕਿਉਂ ਕਰਦੇ ਨੇ ਐਵੇਂ ਕਿਸੇ ਨਾਲ ਕੋਈ ਘਰ ਦੀ ਗੱਲ ਕਰਨੀ ਹੈ ਖੁਸ਼ ਜੋ ਨਾ ਰਹਿੰਦੀਆਂ ਹੋਈਆਂ ਮਾਂ ਜਿੰਨੀਆਂ ਜਨਾਨੀਆਂ ਸਾਡੇ ਘਰ ਆਉਂਦੀਆਂ ਨੇ ਕਿਸੇ ਨੂੰ ਤੁਸੀਂ ਕਹਿੰਦੇ ਹੋ ਚਾਚੀ ਆਖਾਂ ਕਿਸੇ ਨੂੰ ਮਾਸੀ ਕਿਸੇ ਨੂੰ ਭੂਆ ਆਖਾਂ ਤੇ ਜੇ ਕਦੇ ਮੈਨੂੰ ਮਿਲੇ ਤਾਂ ਮੈਂ ਕੀ ਆਖਾਂ ਕੋਣ ਮੈਂ ਨਾ ਹਾਂਜੀ ਜਿਹੜੀ ਬਾਰੀ ਚ ਬੈਠੀ ਰਹਿੰਦੀ ਏ ਇਹ ਤੇਰੀ ਭਾਬੀ ਏ ਇਹ ਅਕਰਵਲਾ ਤੇਰਾ ਗਲੀ ਦਾ ਭਰਾ ਹੁੰਦਾ ਸੀ ਬੜਾ ਚੰਗਾ ਮੁੰਡਾ ਸੀ ਇਹ ਮੈਨਾ ਕਿਸ ਤਰ੍ਹਾਂ ਦਾ ਨਾਂ ਹੋਇਆ ਤੈਨੂੰ ਚੰਗਾ ਨਹੀਂ ਲੱਗਾ ਨਹੀਂ ਬੜਾ ਚੰਗਾ ਲੱਗਾ ਪਰ ਮੈਂ ਅੱਗੇ ਕਦੇ ਇਹੋ ਜਿਹਾ ਨਾਂ ਨਹੀਂ ਸੁਣਿਆ ਮੈਨਾ ਉਹੀ ਹੁੰਦੀ ਹੈ ਨਾ ਜਿਹੜੀ ਮਾਮਾ ਜੀ ਦੇ ਘਰ ਪਿੰਜਰੇ ਵਿੱਚ ਬੜੀਆਂ ਪਿਆਰੀਆਂ ਗੱਲਾਂ ਕਰਦੀ ਏ ਤੋਤਾ ਐਡਾ ਸੋਹਣਾ ਨਹੀਂ ਬੋਲਦਾ ਹਾਂ ਉਹੀ ਮਾਂ ਮੈਨੂੰ ਇੱਕ ਮੈਨਾ ਲੈ ਦਿਓਗੇ ਕਾਕਾ ਤੂੰ ਆਪਣੇ ਮਾਮੇ ਨੂੰ ਹੀ ਆਖੀ ਤੇ ਕੁਝ ਦਿਨਾਂ ਬਾਅਦ ਕਾਕੇ ਦੀ ਬੈਠਕ 'ਚ ਇੱਕ ਪਿੰਜਰਾ ਟੰਗਿਆ ਹੋਇਆ ਸੀ ਇਹ ਪਿੰਜਰਾ ਜਿਉ ਕੋਠੇ ਤੇ ਜਾਂਦਾ ਨਾਲ ਲੈ ਜਾਂਦਾ ਆਪਣੀ ਮੈਨਾ ਨੂੰ ਕਾਕੇ ਨੇ ਸਿਖਾਇਆ ਭਾਬੀ ਮੈਨਾ ਬਾਰੀ 'ਚ ਬੈਠੀ ਏ ਬਾਰੀ ਵਾਲੀ ਮੈਨਾ ਨੇ ਕਾਕੇ ਨਾਲ ਕਦੇ ਗੱਲ ਨਹੀਂ ਸੀ ਕੀਤੀ ਪਰ ਉਹਨੂੰ ਚੰਗਾ ਲੱਗਦਾ ਸੀ ਪਿੰਜਰੇ ਵਾਲੀ ਮੈਨਾ ਜਦੋਂ ਆਉਂਦੀ ਸੀ ਭਾਬੀ ਮੈਨਾ ਬਾਰੀ 'ਚ ਬੈਠੀ ਏ ਸਿਆਲ ਵਿੱਚ ਰਾਤ ਸਿਆਲ ਦੀਆਂ ਰਾਤਾਂ ਵਿੱਚ ਭਾਬੀ ਮੈਨਾ ਆਪਣੇ ਕਮਰੇ 'ਚ ਸੌਂਦੀ ਸੀ ਇਮਤਿਹਾਨ ਨੇੜੇ ਆਉਣ ਕਰਕੇ ਕਾਕਾ ਵੀ ਕੁਝ ਦਿਨ ਤੋਂ ਕਾਕਾ ਵੀ ਕੁਝ ਦਿਨ ਤੋਂ ਬੈਠਕ ਵਿੱਚ ਹੀ ਸੌਣ ਲੱਗ ਪਿਆ ਸੀ। ਭਾਬੀ ਮੈਨਾਂ ਨੂੰ ਕਈ ਵਾਰ ਸੁੱਤੇ ਕਾਕੇ ਦੇ ਸਾਹ ਦੀ ਆਵਾਜ਼ ਆਉਂਦੀ ਸੀ। ਉਹ ਕਿੰਨਾ ਚਿਰ ਮੰਜੇ ਤੋਂ ਉੱਠ ਕੇ ਸੁਣਦੀ ਰਹਿੰਦੀ ਸੀ। ਉਹਦੀ ਉਮਰ ਹੁਣ 5-6 ਵਰਿਆਂ ਦੀ ਹੋਣ ਵਾਲੀ ਸੀ। ਕਾਕਾ 13 ਦਾ ਪੂਰਾ ਨਹੀਂ ਸੀ ਹੋਇਆ। ਉਹ ਦਿਲ ਚਾਹਦੀ ਸੀ ਜੇ ਕਦੇ ਇਸ ਬੱਚੇ ਨਾਲ ਬੋਲਣ ਦੀ ਖੁੱਲ ਹੋਵੇ। ਮੈਂ ਇਹਨੂੰ ਸਕੂਲੋਂ ਆਉਂਦੇ ਨੂੰ ਬਾਰੀ ਚੋਂ ਸਿਰ ਕੱਟ ਕੇ ਵੇਖ ਸਕਦੀ ਹੁਆ। ਮੈਂ ਇਹਦੇ ਨਾਲ ਗੱਲ ਕਰ ਸਕਦੀ ਹੁਆ ਤੇ ਜਦੋਂ ਇਹ ਕਦੀ ਬਿਮਾਰ ਹੋਵੇ ਮੈਂ ਉਹਦੇ ਘਰ ਜਾ ਕੇ ਇਹਦੇ ਮੰਜੇ ਤੇ ਬਹਿ ਸਕਾਂ। ਬਿਮਾਰੀ ਤੇ ਕਿਸੇ ਨੂੰ ਕਿਸੇ ਖਰਾਬੀ ਦਾ ਕੀ ਡਰ ਹੋ ਸਕਦਾ ਫਿਰ ਆਪੇ ਹੀ ਕਹਿੰਦੀ ਮੈਨੂੰ ਕਿਸੇ ਨਹੀਂ ਖੁੱਲ ਦੇਣੀ ਐ ਮੈਂ ਇਸੇ ਕਮਰੇ ਚ ਬੁੱਢੀ ਹੋ ਜਾਣਾ ਮੇਰੇ ਵਾਲ ਮੇਰੀ ਸੱਸ ਦੇ ਵਾਲਾਂ ਵਾਂਗ ਭੁਰ ਜਾਣਗੇ ਕਾਕੇ ਦਾ ਵਿਆਹ ਹੋ ਜਾਏਗਾ ਇਹ ਬਾਰੀ ਫਿਰ ਇਸ ਤਰ੍ਹਾਂ ਖੁੱਲੀ ਨਹੀਂ ਰਹਿਣੀ ਫਿਰ ਮੈਂ ਕਿਹੜੀ ਉਡੀਕ ਚ ਇਸ ਹਨੇਰੀ ਜ਼ਿੰਦਗੀ ਦੇ ਲੰਮੇ ਦਿਨ ਤੇ ਲੰਮੀਆਂ ਰਾਤਾਂ ਕੱਟਿਆ ਕਰਾਂਗੀ ਇਹ ਸੋਚਦਿਆਂ ਉਹਨੂੰ ਗੋਤਾ ਜਿਹਾ ਆਇਆ ਉਹ ਬਿਸਤਰੇ ਚ ਉੱਠ ਕੇ ਬਾਰੀ ਚ ਗਈ ਰਾਤ ਚਾਨਣੀ ਸੀ ਖੁੱਲੀ ਬਾਰੀ ਚ ਮਾੜਾ ਮਾੜਾ ਚਾਨਣ ਕਾਕੇ ਦੇ ਮੂੰਹ ਤੇ ਪੈ ਰਿਆ ਸੀ ਕਾਕਾ ਕੂਕ ਸੁੱਤਾ ਪਿਆ ਸੀ ਉਹਦਾ ਸਾਹ ਉੱਚਾ ਉੱਚਾ ਆ ਰਿਹਾ ਸੀ ਮੈਨਾਂ ਦੇ ਜੀ ਚੋ ਬਾਲਜਿਆ ਉੱਠਿਆ ਤੇ ਉਹਨੇ ਦੋ ਘਰਾਂ ਦੀ ਵਿੱਥ ਜਾਚੀ ਬੜੀ ਥੋੜੀ ਜਾਪੀ ਕਦੇ ਬਾਰੀਆਂ ਦੀਆਂ ਦੋਹਾਂ ਬੰਨੀਆਂ ਉੱਤੇ ਆਪਣੀ ਮੰਜੀ ਢਾਕੇ ਪੁਲ ਬੰਨ ਲਵਾਂ ਮੈਂ ਕਾਕੇ ਕੋਲ ਪਹੁੰਚ ਜਾਵਾਂ ਮੈਂ ਉਹਨੂੰ ਜਗਾਵਾਂਗੀ ਨਹੀਂ ਉਹਦਾ ਮੂੰਹ ਦੂਰੋਂ ਚੁੰਮ ਕੇ ਆਪਣੇ ਕਮਰੇ ਚ ਆ ਜਾਵਾਂਗੀ ਪਰ ਨਾਇ ਵਿਥ ਇੰਨੀ ਥੋੜੀ ਸੀ ਤੇ ਨਾ ਉਹਦੀ ਰੀਤ ਜਿੰਨੀ ਉਹਦੇ ਵਿੱਚ ਹਿੰਮਤ ਸੀ ਮੰਜੇ ਤੇ ਆ ਪਈ ਕੁਛ ਛੇਰ ਬਾਅਦ ਕਾਕੇ ਦੀ ਬੈਠਕ ਚ ਆਵਾਜ਼ ਆਈ ਭਾਬੀ ਮੈਨਾ ਉੱਜੋਂਕ ਕੇ ਉੱਠੀ ਪਰ ਉਪਿੰਜਰੇ ਦੀ ਮੈਨਾ ਦੀ ਆਵਾਜ਼ ਸੀ ਕਾਕਾ ਉਸੇ ਪਾਸੇ ਸੁੱਤਾ ਪਿਆ ਸੀ ਉਸ ਘੜੀ ਮੈਨਾ ਦੀ ਸੱਸ ਕਿਤੇ ਟੱਟੀ ਪਿਸ਼ਾਬ ਲਈ ਉੱਠੀ ਸੀ ਉਸ ਸੁਣਿਆ ਮੈਨਾ ਦੇ ਕਮਰੇ ਚ ਕੁਝ ਖੜਾਕ ਹੋਇਆ ਸੀ ਨਾਲੇ ਉਹਨੂੰ ਭਾਬੀ ਮੈਨਾ ਸੁਣਨ ਦਾ ਵੀ ਭੁਲੇਖਾ ਜਿਹਾ ਸੀ ਉਹਨੇ ਮੈਨਾ ਨੂੰ ਆਵਾਜ਼ ਦਿੱਤੀ ਮੈਂ ਨਾ ਅੰਦਰੋਂ ਝੱਟ ਬੋਲ ਪਈ ਸੱਸ ਦਾ ਸ਼ੱਕ ਪੱਕਾ ਹੋ ਗਿਆ ਤੂੰ ਸੁੱਤੀ ਨਹੀਂ ਸੈਂ ਮੈਂ ਨਾ ਰਾਤਾਂ ਦੀ ਲੰਘੀਏ ਐਵੇਂ ਜਾਗ ਖੁੱਲ ਗਈ ਸੀ ਸੱਸ ਕਮਰੇ ਚ ਆਵੜੀ ਉਹਨੂੰ ਸਾਹਮਣੀ ਬਾਰੀ ਚ ਕੋਈ ਸੁੱਤਾ ਜਾਪਿਆ ਆਦਮੀ ਦਾ ਮੂੰਹ ਤੂੰ ਕਿਸੇ ਨਾਲ ਗੱਲਾਂ ਵੀ ਕਰਦੀ ਸੀ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਸੱਸ ਨੇ ਫੇਰ ਸਾਹਮਣੀ ਬਾਰੀ ਵੱਲ ਤੱਕਿਆ ਉਹ ਤਾਂ ਸਰਦਾਰਾਂ ਦਾ ਕਾਕਾ ਹੈ ਕੋਕ ਸੁੱਤਾ ਪਿਆ ਮੈਂ ਨਾ ਨੇ ਆਖਿਆ ਸੱਸ ਚਲੀ ਗਈ ਪਰ ਭਾਵੇਂ ਕਾਕਾ ਬਿਲਕੁਲ ਬੱਚਾ ਸੀ ਤੇ ਆਪਣੀ ਉਮਰ ਨਾਲੋਂ ਵੀ ਭੋਲਾ ਸੀ ਤਾਂ ਵੀ ਸੀ ਤਾਂ ਮਰਦਮਾਨ ਨੂੰ ਵਿਧਵਾਵਾਂ ਦਾ ਕੀ ਕੰਮ ਕਿ ਬੱਚਿਆਂ ਵੱਲ ਵੀ ਇਸ ਤਰ੍ਹਾਂ ਤੱਕਣ ਤੇ ਮੈਂ ਨਾ ਸਕੂਲੋਂ ਆਉਂਦੇ ਕਾਕੇ ਨੂੰ ਤੱਕਦੀ ਏ ਕਾਕਾ ਵੀ ਆਉਂਦਾ ਪਹਿਲਾਂ ਬੈਠਕ 'ਚ ਜਾਂਦਾ ਹੈ ਬਾਰੀ ਖੁੱਲੀ ਰੱਖਦਾ ਉਹ ਪਿਛਲੇ ਸਾਲ ਨਾਲੋਂ ਐਤਕੀ ਵੱਡਾ ਵੀ ਚੰਗਾ ਜਾਪਦਾ ਏ ਇਹ ਗੱਲਾਂ ਛੁੱਟ ਪਾਉਣ ਵਾਲੀਆਂ ਨਹੀਂ ਸਨ ਇਹੋ ਨਿੱਕੀਆਂ ਬਦਲੀਆਂ ਕਦੇ ਕਾਲੀਆਂ ਘਟਾ ਬਣ ਜਾਂਦੀਆਂ ਨੇ ਅੱਜ ਜਦੋਂ ਕਾਕਾ ਸਕੂਲੋਂ ਆਇਆ ਮੈਨਾ ਦੀ ਬਾਰੀ ਬੰਦ ਸੀ ਰਾਤੀ ਵੀ ਉਹ ਬਾਰੀ ਬੰਦ ਰਹਿਣ ਲੱਗ ਪਈ ਕਾਕੇ ਦੀ ਜ਼ਿੰਦਗੀ ਦਾ ਵੀ ਇਹ ਬਾਰੀ ਇੱਕ ਹਿੱਸਾ ਬਣਦੀ ਜਾ ਰਹੀ ਸੀ ਉਹਦਾ ਹੁਣ ਖੇਡਾਂ ਚ ਨਾ ਜੀ ਨਹੀਂ ਸੀ ਲੱਗਦਾ ਮਾਂ ਕੋਲੋਂ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸ ਘਰ ਨਾਲ ਕੋਈ ਵਾਹ ਨਹੀਂ ਸੀ ਪੈਂਦਾ ਕਦੇ ਵਿਆਹ ਢੰਗ ਵੇਲੇ ਭਾਜੀ ਦੇਣ ਦਵਾਨ ਲਈ ਦਹਲੀਜਾਂ 'ਤੇ ਪੀਆਂ ਜਾਂਦੀਆਂ ਸਨ ਅੱਜ ਰਾਤ ਹਨੇਰੀ ਸੀ ਮੈਨਾ ਦੀ ਬਾਰੀ ਨਾਲ ਕੁਸਰਮੁਸਰ ਜੀ ਹੋਈ ਜਿੱਕਰ ਕੋਈ ਕੁੰਜੀਆਂ ਵਟਾ ਵਟਾ ਕੇ ਜੰਦਰਾ ਖੋਲਦਾ ਫਿਰ bari ਮਲਕੜੀ ਜੇ ਖੁੱਲੀ ਮੈਨਾ ਨੇ ਉੱਠ ਕੇ ਬੂਹੇ ਚੋਂ ਘਰ ਦਾ ਖੜਾਕ ਲਿਆ ਫਿਰ ਗਲੀ ਚ ਤੱਕਿਆ ਫਿਰ ਕਾਕੇ ਦਾ ਸਾਹ ਸੁਣਿਆ ਕਾਕਾ ਸੁੱਤਾ ਹੋਇਆ ਸੀ ਹੋਰ ਕਿਸੇ ਨੂੰ ਉਸ ਹਨੇਰੇ ਚ ਕੁਝ ਨਹੀਂ ਸੀ ਦਿਸਦਾ ਪਰ ਮੈਨਾ ਦੀਆਂ ਪਿਆਰ ਟੋਂਦੀਆਂ ਅੱਖਾਂ ਕਾਕੇ ਦਾ ਅੰਗ ਅੰਗ ਵੇਖ ਰਹੀਆਂ ਸਨ ਦੂਜੀ ਘੜੀ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਉਹ ਕਾਕੇ ਦੀ ਮੰਜੀ ਤੇ ਬੈਠੀ ਸੀ ਤੇ ਉਹਦੇ ਕੋਲੇ ਵਾਲਾਂ ਚ ਉਂਗਲਾ ਫੇਰ ਰਹੀ ਸੀ ਤੇ ਫੇਰ ਫੇਰ ਕੇ ਉਹਨੂੰ ਜਗਾ ਰਹੀ ਸੀ ਮੈਨਾ ਦੇ ਕੰਨੀਓ ਦੀ ਆਵਾਜ਼ ਪਈ ਕਾਕਾ ਕਾਕਾ ਉਹ ਜੇ ਵੀ ਸੁੱਤਾ ਹੋਇਆ ਸੀ ਉਹਨੂੰ ਕਹਿ ਰਹੀ ਸੀ ਕਾਕਾ ਤੇਰੀ ਭਾਬੀ ਮੈਨਾ ਇੱਕ ਘੜੀ ਲਈ ਜਾਗ ਪੋ ਇੱਕ ਪਲ ਲਈ ਜਾਗ ਪੋ ਇੱਕੋ ਲਫ਼ਜ਼ ਇੱਕੋ ਗੱਲ ਇੱਕੋ ਲਫ਼ਜ਼ ਇੱਕੋ ਗੱਲ ਫਿਰ ਬਸ ਕਾਕਾ ਉੱਬੜਵਾਏ ਉੱਠਿਆ ਮੈਨਾ ਨੂੰ ਬੜੀ ਸ਼ਰਮ ਆਈ ਉਹਨੂੰ ਹੁਣ ਪਤਾ ਲੱਗਾ ਕਿ ਉਹ ਆਪਣੇ ਮਨ 'ਚ ਨਹੀਂ ਆਪਣੇ ਮੂੰਹ ਨਾਲ ਬੋਲ ਰਹੀ ਸੀ ਤੇ ਕਾਕਾ ਜਾਗ ਪਿਆ ਸੀ ਜੇ ਕੋਈ ਹੋਰ ਵੀ ਜਾਗ ਪਿਆ ਹੋਵੇ ਕਾਕਾ ਆਪਣੀ ਬਾਰੀ 'ਚ ਆ ਬੈਠਾ। ਉਹਨੂੰ ਵੀ ਬਾਰੀ ਦੇ ਹਨੇਰੇ 'ਚ ਬੈਠੀ ਭਾਬੀ ਮੈਨਾ ਮਹਿਸੂਸ ਹੋ ਰਹੀ ਸੀ। ਉਹਨੇ ਕਈ ਵਾਰ ਭਾਬੀ ਮੈਨਾ ਨੂੰ ਗੱਲਬਾਤ ਹੀ ਪਾਉਣੀ ਚਾਹੀ ਸੀ। ਬੜੀ ਉਦਾਸ ਰਹਿੰਦੀ ਸੀ ਕਿ ਬਾਰੀ ਕਿਉਂ ਬੰਦ ਰਹਿਣ ਲੱਗ ਪਈ ਸੀ। ਭਾਬੀ ਮੈਨਾ ਭਾਬੀ ਮੈਨਾ ਹਾਂ ਕਾਕਾ ਮੇਰਾ ਸੋਹਣਾ ਕਾਕਾ ਪਰ ਜ਼ਰਾ ਹੌਲੀ ਮੈਂ ਹੌਲੀ ਤੋਂ ਹੌਲੀ ਗੱਲ ਵੀ ਤੇਰੀ ਸੁਣ ਲਾਂਗੀ। ਮੈਨੂੰ ਵੀ ਤੁਹਾਡੀ ਬਾਤ ਸਾਫ਼ ਆ ਰਹੀ ਏ ਤੁਸੀਂ ਬੜੇ ਹੌਲੀ ਬੋਲ ਦਿਓ ਹਾਂ ਮੇਰੇ ਪਿਆਰੇ ਕਾਕੇ ਤੁਸੀਂ ਇੰਨੇ ਦਿਨ ਕਿੱਥੇ ਚਲੇ ਗਏ ਸੋ ਮੇਰਾ ਕਮਰਾ ਹਵਾਲਾਤ ਬਣਾ ਦਿੱਤਾ ਗਿਆ ਹੈ ਇਸ ਵਾਰੀ ਨੂੰ ਜੰਦਰਾ ਵੱਜ ਗਿਆ ਉਹ ਕਿਉਂ ਉਦੋਂ ਤੇਰੀ ਮੈਨਾ ਨੇ ਮੈਨੂੰ ਆਵਾਜ਼ ਮਾਰੀ ਸੀ ਮੈਂ ਉੱਠੀ ਸਾਂ ਮੈਂ ਜਾਤਾ ਤੂਸੈਂ ਮੇਰੀ ਸੱਸ ਵੀ ਸ਼ਾਮਤ ਨੂੰ ਉਸੇ ਵੇਲੇ ਉੱਠ ਬੈਠੀ ਉਸ ਜਾਤਾ ਮੈਂ ਤੇਰੇ ਨਾਲ ਗੱਲਾਂ ਕਰਦੀ ਸਾਂ ਤੇ ਫਿਰ ਕੀ ਹੋਇਆ ਮਾਂ ਨੇ ਆਖਿਆ ਸੀ ਤੁਸੀਂ ਮੇਰੀ ਭਾਬੀ ਹੋ ਕਾਕਾਬੋਤ ਕੁਝ ਹੋ ਗਿਆ ਹੈ ਫਾਟਕਾਂ ਨੂੰ ਤਾਲੇ ਲੱਗ ਗਏ ਇਸ ਲਈ ਹੁਣ ਮੈਂ ਇੱਥੋਂ ਚਲੀ ਜਾਣਾ ਇਸ ਘਰ ਚ ਮੇਰੀ ਅਖੀਰਲੀ ਰਾਤ ਹੈ ਮੈਂ ਤੁਹਾਨੂੰ ਮਿਲ ਕੇ ਜਾਣਾ ਚਾਹੁੰਦੀ ਸਾਂ ਤੂੰ ਕਿਸੇ ਨੂੰ ਦੱਸੇਂਗਾ ਤਾਂ ਨਹੀਂ ਮੈਂ ਨਹੀਂ ਦੱਸਾਂਗਾ ਭਾਬੀ ਮੈਂ ਨਾ ਪਰ ਤੁਸੀਂ ਕਿਉਂ ਜਾਂਦੇ ਹੋ ਨਾ ਜਾਓ ਮੈਂ ਵੱਡਾ ਹੋਵਾਂਗਾ ਮੇਰਾ ਵਿਆਹ ਹੋਏਗਾ ਮੈਂ ਆਪਣੀ ਵੋਤੀ ਨੂੰ ਤੁਹਾਡੇ ਘਰ 깔ਾਂਗਾ ਉਹ ਤੁਹਾਨੂੰ ਬੁਲਾਏਗੀ ਤੁਸੀਂ ਉਹਨੂੰ ਮਿਲਣ ਆਉਣਾ ਫਿਰ ਕੋਈ ਕੀ ਆਖੇਗਾ ਤੁਸੀਂ ਨਾ ਜਾਓ ਤੂੰ ਕਾਕਾ ਜੇ ਬੜਾ ਛੋਟਾ ਹੈ ਤੇਰਾ ਵਿਆਹ ਦੂਰ ਹੈ ਇੰਨੇ ਬਰੇ ਇਸ ਕੈਦਖਾਨੇ ਚ ਕੀਕਣ ਕੱਟੇ ਜਾਣਗੇ ਜਦੋਂ ਤੇਰੇ ਵੱਲ ਵੇਖਣਾ ਵੀ ਮੇਰਾ ਬੰਦ ਕੀਤਾ ਗਿਆ ਤੁਸੀਂ ਕਿੱਥੇ ਜਾਓਗੇ ਮੈਂ ਉੱਥੇ ਤੁਹਾਨੂੰ ਮਿਲਣਾ ਆਵਾਂਗਾ ਨਹੀਂ ਕਾਕਾ ਜਿੱਥੇ ਮੈਂ ਚੱਲੀ ਆ ਉਥੇ ਸ਼ਾਦੀ ਕੋਈ ਮਰਦ ਦੀ ਜ਼ਾਤ ਮੇਰੇ ਨਾਲ ਗੱਲ ਨਹੀਂ ਕਰ ਸਕੇਗੀ ਤੁਸੀਂ ਉੱਥੇ ਨਾ ਜਾਓ ਮੇਰੇ ਲਈ ਹੋਰ ਕੋਈ ਰਾਹ ਬਾਕੀ ਨਹੀਂ ਰਿਹਾ ਮੈਂ ਪੂਜਣੀ ਹੋਣ ਦਾ ਫੈਸਲਾ ਕਰ ਲਿਆ ਪੂਜਣੀ ਕੀ ਹੁੰਦੀ ਹੈ ਉਪ ਪਾਂਬੜਿਆਂ ਦੀਆਂ ਸਾਧੂ ਜਨਾਨੀਆਂ ਜਿਨ੍ਹਾਂ ਦੇ ਸਿਰ ਮੁੰਨੇ ਹੋਏ ਮੂੰਹਾਂ ਉੱਤੇ ਪੱਟੀਆਂ ਤੇ ਪੈਰ ਨੰਗੇ ਹੁੰਦੇ ਨੇ ਨੌ ਭੋਬੀ ਮੈਨਾ ਤੁਸੀਂ ਕਦੇ ਉਹਨਾਂ ਵੱਡਣਾ ਮੈਨੂੰ ਉਹਨਾਂ ਕੋਲੋਂ ਬੜਾ ਹੀ ਡਰ ਲੱਗਦਾ ਹੈ ਉਹਨਾਂ ਦੀਆਂ ਪੱਟੀਆਂ ਉੱਤੇ ਅੱਖਾਂ ਹੋਰ ਹੀ ਤਰ੍ਹਾਂ ਦੀਆਂ ਲੱਗਦੀਆਂ ਨੇ ਕਾਕਾ ਮੇਰੇ ਲਈ ਕੋਈ ਰਾਹ ਨਹੀਂ ਰਿਹਾ ਉਹਨੇ ਇੱਕ ਖੇਨੂ ਜਿਹਾ ਕਾਕੇ ਦੀ ਬਾਰੇ ਚ ਬੈਠਕ ਅੰਦਰ ਸੁੱਟਿਆ ਇਹ ਮੇਰੀ ਨਿਸ਼ਾਨੀ ਰੱਖੀ ਸਵੇਰੇ ਢੂੰਡ ਲਈ ਹੁਣ ਖੜਾਕ ਨਾਲ ਕੋਈ ਜਾਗ ਨਾ ਪਏ ਤੇ ਮੈਨਾ ਦੀ ਬਾਰੀ ਬੰਦ ਹੋ ਗਈ ਜੰਦਰੇਚ ਕੁੰਜੀ ਫਿਰਦੀ ਕਾਕੇ ਨੇ ਸੁਣੀ ਬਾਕੀ ਰਾਤ ਉਹ ਸੌ ਨਾ ਸਕਿਆ ਦੂਜੇ ਦਿਨ ਜਦੋਂ ਸਕੂਲੋਂ ਆਇਆ ਤਾਂ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਮੈਂ ਨਾ ਬੜੀ ਦੁਖੀ ਸੀ ਰੋਜ਼ ਸੱਸ ਲੜਦੀ ਤੇ ਮਿਹਣੀ ਮਾਰਦੀ ਸੀ ਉਹ ਅੱਕ ਕੇ ਘਰੋਂ ਨਿਕਲ ਗਈ ਏ ਤੇ ਲਿਖ ਕੇ ਛੱਡ ਗਈ ਏ ਕਿ ਉਹ ਪੂਜਣੀ ਹੁਣ ਚੱਲੀ ਏ ਪਰ ਮਾਂ ਉਹ ਇੱਥੇ ਪੂਜਣੀ ਨਹੀਂ ਸੀ ਹੋ ਸਕਦੀ ਨਹੀਂ ਜਿਹਨੇ ਪੂਜਣੀ ਹੋਣਾ ਹੋਵੇ ਉਹ ਆਪਣਾ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਦੇ ਪਾਸਰੇ ਚ ਜਾ ਰਹਿੰਦੀ ਏ ਉਹ ਲੋਕ ਉਹਦੀ ਪੁੱਛ ਪੜਤਾਲ ਕਰਦੇ ਨੇ ਤੇ ਜੇ ਉਹਦੀ ਨੀਅਤ ਦਾ ਯਕੀਨ ਹੋ ਜਾਏ ਤਾਂ ਉਹਦੀ ਪੂਰੀ ਹਿਫਾਜ਼ਤ ਕਰਦੇ ਨੇ ਚੰਗਾ ਖਵਾਉਂਦੇ ਨੇ ਚੰਗੇ ਕੱਪੜੇ ਪਵਾਉਂਦੇ ਨੇ ਤੇ ਕੁਝ ਦਿਨ ਉਹ ਜੋ ਚਾਹੇ ਕਰਨ ਦਿੰਦੇ ਨੇ ਫਿਰ ਸਿਰ ਮੁੰਨ ਕੇ ਹੀ ਪੂਜਣੀ ਬਣਾ ਦਿੰਦੇ ਨੇ ਉਸ ਤੋਂ ਬਾਅਦ ਨਾ ਉਹ ਚੰਗਾ ਖਾ ਸਕਦੀ ਏ ਨਾ ਪਹਿਨ ਸਕਦੀ ਏ ਤੇ ਨਾ ਮਰਦਾਂ ਨਾਲ ਗੱਲਾਂ ਕਰ ਸਕਦੀ ਏ ਭਾਬੀ ਮੈਂ ਨਾ ਕਿੱਥੇ ਗਈ ਹੋਏਗੀ ਪਤਾ ਲੱਗ ਜਾਏਗਾ ਤੇ ਜੇ ਨੇੜੇ ਦਾ ਕੋਈ ਸ਼ਹਿਰ ਆਇਆ ਤਾਂ ਮੈਨੂੰ ਵਖਾ ਲਿਆਉਂਗੀ ਧੰਨਵਾਦ な。Zelda.